ਸਕੂਲ ਮੇਰੀ 7 ਵਜੇ ਕਲਾਸ ਲੱਗਦੀ ਸੀ ਉਸ ਤੋਂ ਪਹਿਲਾਂ ਮੈਂ ਸਵੇਰੇ 4 ਵਜੇ ਉੱਠ ਕੇ ਅਖਬਾਰਾਂ ਲੈਣੀਆਂ ਘਰ ਘਰ ਜਾ ਕੇ ਅਖਬਾਰਾਂ ਸੁਟਣੀਆਂ ਮੇਰੀ ਤਨਖਾਹ ਹੁੰਦੀ ਸੀ 150 ਰੁਪਏ ਮਹੀਨਾ ਮੈਂ ਖਾਲੀ 3000 ਰੁਪਏ ਨਾਲ ਇੱਕ ਬਿਜ਼ਨਸ ਸਟਾਰਟ ਕੀਤਾ ਸਟਾਕ ਮਾਰਕੀਟ ਦਾ ਦੋ ਸਾਲ ਚ ਮੈਨੂੰ ਕੌਨਫੀਡੈਂਸ ਹੋ ਗਿਆ ਵੀ ਮੈਂ ਇਹਨੂੰ ਆਪਣਾ ਫੁੱਲ ਟਾਈਮ ਪ੍ਰੋਫੈਸ਼ਨ ਬਣਾ ਸਕਦਾ ਤਾਂ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਛੱਡ ਤੂੰ ਇਹ ਕਿਹੜੇ ਕੰਮਾਂ 'ਚ ਪੈ ਗਿਆ ਬਈ ਚੰਗਾ ਭਲਾ ਤੇਰਾ ਮੰਡੀ ਕੰਮ ਚੱਲਦਾ ਪਿਆ ਤੂੰ ਉੱਥੇ ਕੰਮ ਕਰ ਇਹ ਤਾਂ ਕੰਮ ਏਦਾਂ ਅੱਜ ਹੁੰਦੇ ਆ ਕੱਲ ਨਹੀਂ ਹੁੰਦੇ ਤੇ ਜਦੋਂ ਓਵਰਨਾਈਟ ਮੈਨੂੰ ਸਵੇਰੇ ਉੱਠ ਕੇ ਪਤਾ ਲੱਗਾ ਵੀ ਮੇਰੀ 7.5 8 ਲੱਖ ਦਾ ਮੇਰਾ ਲੌਸ ਹੋ ਗਿਆ ਚੋਰੀ ਹੋ ਗਈ ਹੈ ਤੇ ਪੂਰੇ ਸ਼ਹਿਰ 'ਚ ਰੌਲਾ ਪੈ ਗਿਆ ਬਈ ਇਹ ਹੁਣ ਸਾਡੇ ਪੈਸੇ ਮਰ ਜਾਣੇ ਲੋਕ ਕਹੀ ਕਹਿੰਦੇ ਨਾ ਜੀ ਪੈਸੇ ਕਰਨੇ bizness ਕਰਨੇ ਪੈਸਾ ਚਾਹੀਦਾ ਨੋ ਪੈਸਾ ਕਰਨੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਰੋਤੇ ਨੇ ਉਹਨਾਂ ਦਾ ਇਹ ਜਿਹੜਾ ਭੁਲੇਖਾ ਦੂਰ ਹੋ ਜਾਏਗਾ ਵੀ ਜ਼ਿੰਦਗੀ 'ਚ ਪੈਸਾ ਕਮਾਣ ਲਈ ਪੈਸੇ ਦਾ ਹੋਣਾ ਬਹੁਤ ਜ਼ਰੂਰੀ ਹੈ। ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪਰਮਜੀਤ ਸਿੰਘ ਸੱਚ ਦੇਵਾ ਮੈਂ ਹੁਸ਼ਿਆਰਪੁਰ ਤੋਂ ਮੈਂ ਇੱਕ ਸਟਾਕ ਬ੍ਰੋਕਰ ਹਾਂ ਮੈਂਬਰ ਨੈਸ਼ਨਲ ਸਟਾਕ ਐਕਸਚੇਂਜ ਬੰਬਈ ਸਟਾਕ ਐਕਸਚੇਂਜ ਮਲਟੀ ਕਮੋਡਿਟੀ ਐਕਸਚੇਂਜ ਅਲੱਗ-ਅਲੱਗ ਜਿਹੜੇ ਇੰਡੀਆ ਦੇ ਸਟਾਕ ਐਕਸਚੇਂਜ ਨੇ ਉਹਨਾਂ ਦੀ ਡਾਇਰੈਕਟ ਮੈਂਬਰਸ਼ਿਪ ਹੈ ਪੰਜਾਬ 'ਚ ਸਭ ਤੋਂ ਪਹਿਲਾਂ ਪਾਇਓਨियर ਰਹੇ ਹਾਂ ਸਾਡੀ ਜਿਹੜੀ ਮੇਰੀ ਜੇ ਸਟੋਰੀ ਹੈ ਇਹ ਸਟਾਰਟ ਹੁੰਦੀ ਹੈ 1947 ਚ ਜਦੋਂ ਇੰਡੀਆ ਦੀ ਵੰਡ ਹੋਈ ਮੇਰੇ ਦਾਦਾ ਜੀ ਮੇਰੇ ਫਾਦਰ ਇਹ ਪਾਕਿਸਤਾਨ ਤੋਂ ਉੱਜੜ ਕੇ ਇਧਰ ਪੰਜਾਬ ਚ ਆਏ ਤੇ ਇੱਥੇ ਆ ਕੇ ਉਹਨਾਂ ਨੇ ਆਪਣਾ ਸਬਜ਼ੀ ਮੰਡੀ ਚ ਆ ਕੇ ਆਪਣਾ ਫੜੀ ਦਾ ਕੰਮ ਕੀਤਾ ਸ਼ੁਰੂ ਕੀਤਾ ਜਦੋਂ ਮੈਂ ਸਕੂਲ ਚ ਹੁੰਦਾ ਸੀ ਗਵਰਨਮੈਂਟ ਹਾਈ ਸਕੂਲ ਘੰਟਾ ਘਰ ਹਿਸ਼ਾਰਪੁਰ ਪੜਿਆ ਮੈਂ ਸਕੂਲ ਮੇਰੀ 7 ਵਜੇ ਕਲਾਸ ਲੱਗਦੀ ਸੀ ਉਸ ਤੋਂ ਪਹਿਲਾਂ ਮੈਂ ਸਵੇਰੇ 4 ਵਜੇ ਉੱਠ ਕੇ ਅਖਬਾਰਾਂ ਲੈਣੀਆਂ ਘਰ ਘਰ ਜਾ ਕੇ ਅਖਬਾਰਾਂ ਸੁੱਟਣੀਆਂ ਮੇਰੀ ਤਨਖਾਹ ਹੁੰਦੀ ਸੀ 150 ਰੁਪਏ ਮਹੀਨਾ ਨਾਲ ਨਾਲ ਮੈਂ ਪੜ੍ਹਾਈ ਕਰਦਾ ਰਿਆ ਔਰ ਉਸ ਤੋਂ ਬਾਅਦ ਜਦੋਂ ਕਾਲਜ ਗਿਆ ਕਾਲਜ گورਨਮੈਂਟ ਕਾਲਜ ਸ਼ਹਾਪੁਰ ਤੋਂ ਗ੍ਰੈਜੂਏਸ਼ਨ ਕੀਤੀ ਪੜ੍ਹਾਈ ਦੇ ਨਾਲ ਨਾਲ ਮੈਨੂੰ ਸ਼ੌਂਕ ਪੈ ਗਿਆ সুইਮਿੰਗ ਕਰਨ ਦਾ ਔਰ সুইਮਿੰਗ ਕਰਦਿਆਂ ਕਰਦਿਆਂ ਫਿਰ ਮੈਂ ਪੋਸਟ ਗ੍ਰੈਜੂਏਸ਼ਨ ਜਦੋਂ ਕੀਤੀ ਦੋਬਾ ਕਾਲਜ ਜਲੰਧਰ ਤੋਂ ਉਸ ਵੇਲੇ ਮੈਂ ਨੈਸ਼ਨਲ ਚਾਂਸ ਪੋਜੀਸ਼ਨ ਜਦੋਂ ਮੇਰੀ ਆਈ ਤਾਂ ਮੈਨੂੰ ਬਹੁਤ ਸਾਰੀਆਂ ਜਿਹੜੀਆਂ ਨੌਕਰੀ ਦੀਆਂ ਆਫਰਸ ਆਈਆਂ ਉਸ ਤੋਂ ਪਹਿਲਾਂ ਮੈਂ ਜਦੋਂ ਪੜ੍ਹਾਈ ਦੇ ਨਾਲ ਨਾਲ ਮੈਂ ਕਰਿਆਨੇ ਦੀ ਦੁਕਾਨ ਤੇ ਵੀ ਕੰਮ ਕੀਤਾ ਕੱਪੜੇ ਦੀ ਦੁਕਾਨ ਤੇ ਵੀ ਕੰਮ ਕੀਤਾ ਔਰ ਜਦੋਂ ਨੈਸ਼ਨਲ ਚੈਂਪੀਅਨ ਬਣਿਆ ਤਾਂ ਮੈਨੂੰ ਬਹੁਤ ਸਾਰੀਆਂ ਸਰਕਾਰੀ ਕੰਪਨੀਆਂ ਤੇ ਪ੍ਰਾਈਵੇਟ ਕੰਪਨੀਆਂ ਤੋਂ ਜੌਬ ਦੇ ਆਫਰ ਆਣੇ ਸ਼ੁਰੂ ਹੋਏ ਜਿੱਚੋਂ ਕਸਟਮਸੀ ਬੀਐਸਐਫ ਪੰਜਾਬ ਪੁਲਿਸ ਲੇਕਿਨ ਮੈਨੂੰ ਮਨ ਚਾਹ ਸੀ ਵੀ ਉੱਥੇ ਤਨਖਾਹਾਂ ਤਾਂ ਘੱਟ ਸੀ ਲੇਕਿਨ ਇਹ ਕਿਹਾ ਜਾਂਦਾ ਸੀ ਵੀ ਇਹ ਜਿਹੜੇ ਡਿਪਾਰਟਮੈਂਟ ਹੈਗੇ ਇੱਥੇ ਤੁਹਾਨੂੰ ਉੱਪਰ ਦੀ ਕਮਾਈ ਬਹੁਤ ਹੈ ਮੈਂ ਉਹ ਨੌਕਰੀਆਂ ਰਿਫਿਊਜ਼ ਕੀਤੀਆਂ ਤੇ ਮੈਂ ਪ੍ਰਾਈਵੇਟ ਕੰਪਨੀ ਡੀਸੀਐਮ ਲਿਮਟਿਡ ਜਿਹੜੀ ਦਿੱਲੀ ਦੀ ਹੈ ਉਹਨਾਂ ਦਾ ਇੱਕ ਕੋਟਾ ਰਾਜਸਥਾਨਿਕ ਯੂਨਿਟ ਸੀ ਸ਼ਰੀਰਾਮ ਫਰਟੀਲਾਈਜ਼ਰ ਐਂਡ ਕੈਮੀਕल्स ਉੱਥੇ ਮੈਂ ਜੌਬ ਕੀਤੀ 84 ਦੇ ਵਿੱਚ ਨੌ ਜੌਬ ਚੱਲੇ ਸੀ ਬੜੀ ਅੱਛੀ ਜੌਬ ਸੀ ਚੱਲਦਾ ਰਿਹਾ 84 ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਮੈਂ ਡੀਸੀਐਮ ਵੱਲੋਂ ਨੈਸ਼ਨਲ ਚੈਂਪੀਅਨਸ਼ਿਪ 'ਚ ਕੋਲਕੱਤਾ ਖੇਡਣ ਗਿਆ ਸੀ ਉੱਥੇ ਜਦੋਂ ਮੈਂ ਟਰੈਪ ਹੋ ਗਿਆ ਸਿੱਖਾਂ ਵਿਰੋਧੀ ਜਿਹੜੇ ਦੰਗੇ ਸ਼ੁਰੂ ਹੋਏ ਉਸ ਤੋਂ ਬਾਅਦ 84 ਕਿਸੇ ਤਰੀਕੇ ਨਾਲ ਅਸੀਂ ਘਰ ਪਹੁੰਚੇ ਵਾਪਸ ਲੇਕਿਨ ਉਸ ਤੋਂ ਬਾਅਦ ਕੰਟੀਨਿਊਸਲੀ ਇਹੇ ਹਾਲਾਤ ਹੋ ਗਏ ਵੀ ਜਦੋਂ ਪੰਜਾਬ ਤੋਂ ਬਾਹਰ ਜਾਣਾ ਤਾਂ ਇੱਕ ਪੈਣੀ ਨਿਗਾ ਨਾਲ ਜਿਹੜੀ ਆਮ ਲੋਕਾਂ ਦੀ ਨਜ਼ਰ ਹੁੰਦੀ ਸੀ ਵੀ ਜਿਹਦੇ ਸਿਰ ਤੇ ਪੱਗ ਬੰਨੀ ਆ ਇਹ ਉਗਰਵਾਦੀ ਹੈ ਤੇ ਹਾਲਾਤ ਇੰਨੇ ਹੌਲੀ-ਹੌਲੀ ਖਰਾਬ ਹੋ ਗਏ ਤੇ ਫਿਰ ਫਾਦਰ ਨੇ ਕਿਹਾ ਵੀ ਅਸੀਂ ਕੱਕਾ ਨੌਕਰੀ ਨਹੀਂ ਕਰਾਣੀ ਜਾਨ ਪਹਿਲਾਂ ਦੀ ਸੇਫਟੀ ਜਿਹੜੀ ਜ਼ਿਆਦਾ ਜ਼ਰੂਰੀ ਹੈ ਤੇ ਤੂੰ ਆਪਣਾ ਛੱਡ ਕੇ ਕੰਮ ਤੇ ਸਾਡੇ ਨਾਲ ਸਬਜ਼ੀ ਮੰਡੀ ਆ ਕੇ ਤੂੰ ਆਪਣਾ ਕੰਮ ਸ਼ੁਰੂ ਕਰ ਲੈ ਚਲੋ ਨੌਕਰੀ ਛੱਡ ਦਿੱਤੀ 85 ਦੇ ਵਿੱਚ ਫਿਰ 85 ਤੋਂ ਲੈ ਕੇ 1992 ਤੱਕ 7 ਸਾਲ ਮੈਂ ਆਪਣੇ ਫਾਦਰ ਦੇ ਨਾਲ ਸਬਜ਼ੀ ਮੰਡੀ ਕੰਮ ਕੀਤਾ ਲੇਕਿਨ ਨਾਲ ਨਾਲ ਮੈਂ 1990 ਦੇ ਵਿੱਚ ਮੰਡੀ 'ਚ ਬੰਨਵੇਂ ਤੇ ਕੀ ਦੋ ਸਾਲ ਦੇ ਬਖਵੇ ਦੇ ਵਿੱਚ ਮੈਂ ਮੰਡੀ ਦੇ ਵਿੱਚ ਜਿਹੜਾ 1990 'ਚ ਮੈਂ ਸ਼ੇਅਰ ਮਾਰਕੀਟ ਦਾ ਕੰਮ ਸ਼ੁਰੂ ਕੀਤਾ ਉਸ ਵੇਲੇ ਕੋਈ ਨਹੀਂ ਜਾਣਦਾ ਸੀ ਸਾਡੇ ਸ਼ਾਹਪੁਰ ਛੋਟਾ ਜਿਹਾ ਇੱਕ ਸ਼ਹਿਰ ਹੈ ਬੰਬੇ ਜਾਂ ਦਿੱਲੀ ਵੱਡੇ ਸ਼ਹਿਰ ਨੇ ਤਾਂ ਛੇਰਾਂ ਦਾ ਲੋਕ ਕੰਮ ਕਰਦੇ ਲੇਕਿਨ ਸਾਡੇ ਸ਼ਹਿਰ ਪਰ ਇਦਾਂ ਦਾ ਕੋਈ ਨਹੀਂ ਸੀ ਮੈਂ ਖਾਲੀ 3000 ਰੁਪਏ ਨਾਲ ਇੱਕ ਬਿਜ਼ਨਸ ਸਟਾਰਟ ਕੀਤਾ ਸਟਾਕ ਮਾਰਕੀਟ ਦਾ 2 ਸਾਲ ਚ ਮੈਨੂੰ ਕੰਫੀਡੈਂਸ ਹੋ ਗਿਆ ਵੀ ਮੈਂ ਇਹਨੂੰ ਆਪਣਾ ਫੁੱਲ ਟਾਈਮ ਪ੍ਰੋਫੈਸ਼ਨ ਬਣਾ ਸਕਦਾ ਤੇ 92 ਦੇ ਵਿੱਚ ਮੈਂ ਆਪਣਾ ਸਬਜ਼ੀ ਮੰਡੀ ਦਾ ਕੰਮ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਇਹ ਸਟਾਕ ਮਾਰਕੀਟ ਦਾ ਫੁੱਲ ਫਲੇਜ ਜਿਹੜਾ ਆਪਣਾ ਆਫਿਸ ਕੋਲ ਕੇ ਬਿਜ਼ਨਸ ਸਟਾਰਟ ਕੀਤਾ ਔਰ ਸਭ ਤੋਂ ਵੱਡੀ ਗੱਲ ਇਹ ਹੋਈ ਜਿੱਦਾਂ ਹੀ ਮੈਂ 1 April 1992 ਨੂੰ ਸ਼ੁਰੂ ਕੀਤਾ ਤੁਸੀਂ ਸੁਣਿਆ ਹੈ ਕਿ ਹਰਸ਼ਰ ਮਹਿਤਾ ਸਕੈਮ ਹੋਇਆ 4 ਅਪ੍ਰੈਲ ਨੂੰ ਟੋਟਲ ਹਿੰਦੁਸਤਾਨ ਦੀ ਜਿਹੜੀਆਂ ਮਾਰਕੀਟਾਂ ਸਟਾਕ ਮਾਰਕੀਟ ਸਾਰੀ ਬੰਦ ਹੋ ਗਈ। ਤਾਂ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਛੱਡ ਤੂੰ ਇਹ ਕਿਹੜੇ ਕੰਮਾਂ 'ਚ ਪੈ ਗਿਆ। ਵੀ ਚੰਗਾ ਭਲਾ ਤੇਰਾ ਮੰਡੀ ਕੰਮ ਚੱਲਦਾ ਪਿਆ ਤੂੰ ਉੱਥੇ ਕੰਮ ਕਰ। ਇਹ ਤਾਂ ਕੰਮ ਏਦਾਂ ਅੱਜ ਹੁੰਦੇ ਆ ਕੱਲ ਨਹੀਂ ਹੁੰਦੇ। ਵੀ ਸਕੀਮਾਂ ਲੋਕੀ ਸਮਝਦੇ ਕਿਉਂਕਿ ਹੁਸ਼ਾਪੁਰ 'ਚ ਕੋਈ ਲੋਕੀ ਸਟਾਕ ਮਾਰਕੀਟ ਬਾਰੇ ਕੁਝ ਨਹੀਂ ਜਾਣਦੇ ਸੀ। ਲੇਕਿਨ ਮੈਨੂੰ ਪੂਰਾ ਆਪਣੇ ਆਪ ਤੇ ਕੌਨਫੀਡੈਂਸ ਸੀ ਵੀ ਨਹੀਂ ਇਸ ਨੂੰ ਆਪਾਂ ਫੁੱਲ ਟਾਈਮ ਪ੍ਰੋਫੈਸ਼ਨ ਬਣਾ ਸਕਦੇ ਆ। ਆਪਣੇ ਕੌਨਫੀਡੈਂਸ ਨੂੰ ਰੱਖਦੇ ਹੋਏ 15-20 ਦਿਨ ਬਾਅਦ ਮਾਰਕੀਟ ਖੁੱਲ ਗਈ ਹੌਲੀ 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 ਕਰਕੇ ਕੰਮ ਵਧਿਆ ਸ਼ੁਰੂ ਕੀਤਾ ਲੇਕਿਨ ਉਸ ਤੋਂ ਬਾਅਦ 1994 ਚ ਇੱਕ ਬੜਾ ਵੱਡਾ ਝਟਕਾ ਲੱਗਾ 1994 ਜੋ ਮੇਰਾ ਉਸ ਵੇਲੇ ਫਿਜ਼ੀਕਲ ਸ਼ੇਅਰ ਹੁੰਦੇ ਸੀ ਅੱਜ ਕੱਲ ਇਲੈਕਟ੍ਰੋਨਿਕ ਸਿਸਟਮ ਹੋ ਗਿਆ ਫਿਜ਼ੀਕਲ ਸ਼ੇਅਰ ਤਾਂ ਮਰੇ ਕੋ ਕੋਰੀਅਰ ਹੁਸ਼ਿਆਰ ਪਰ ਤੋਂ ਡਿਸਪੈਚ ਕੀਤਾ ਬੰਬੇ ਵਾਸਤੇ ਰਸਤੇ ਚ ਚੋਰੀ ਹੋ ਗਿਆ ਹੁਣ ਜਦੋਂ ਚੋਰੀ ਹੋ ਗਿਆ ਉਹਦੀ ਵੈਲਿਊ ਸੀ ਤਕਰੀਬਨ 7.5 ਤੋਂ 8 ਲੱਖ ਰੁਪਏ ਦੇ ਆਨਰਮੋਟ ਉਹਦੇ ਵੈਲਿਊ ਦੇ ਉੱਤੇ ਸ਼ੇਅਰ ਸੀ ਜਿਹੜੇ ਮੇਰੇ ਚੋਰੀ ਹੋ ਗਏ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੇ ਮੈਂ ਕੰਮ 1990 ਚ 3000 ਰੁਪਏ ਨਾਲ ਸ਼ੁਰੂ ਕੀਤਾ ਤੇ 1994 ਤੇ 4 ਸਾਲਾਂ ਚ ਮੇਰੀ ਨੈਟਵਰਥ ਵਤ ਤੋਂ ਵਤ ਡੇਢ 2 ਲੱਖ ਰੁਪਏ ਦੀ ਹੋਏਗੀ ਤੇ ਜਦੋਂ ਓਵਰਨਾਈਟ ਮੈਨੂੰ ਸਵੇਰੇ ਉੱਠ ਕੇ ਪਤਾ ਲੱਗਾ ਵੀ ਮੇਰੀ 7.5-8 ਲੱਖ ਦਾ ਮੇਰਾ ਲਾਸ ਹੋ ਗਿਆ ਚੋਰੀ ਹੋ ਗਈ ਹੈ ਤੇ ਪੂਰੇ ਸ਼ਹਿਰ ਚ ਰੌਲਾ ਪੈ ਗਿਆ ਬਈ ਇਹ ਹੁਣ ਸਾਡੇ ਪੈਸੇ ਮਰ ਜਾਣੇ ਹੁਣ ਮੇਰੇ ਕੋਲ ਅੱਗੇ ਦੋ ਹੀ ਰਸਤੇ ਸੀਗੇ ਬਈ ਜਾਂ ਤਾਂ ਮੈਂ ਲੋਕਾਂ ਨੂੰ ਕਹਿੰਦਾ ਵੀ ਜਿਹੜਾ ਮੇਰਾ ਉਹ ਚੋਰ ਫੜਿਆ ਗਿਆ ਉਹਦੇ ਕੋਈ ਜੋ ਰਿਕਵਰੀ ਹੋਊਗੀ ਤੁਹਾਨੂੰ ਮੈਂ ਦੇ ਦਊਗਾ ਜੇ ਉਹ ਰਿਕਵਰੀ ਹੋਊਗੀ ਮੈਂ ਤੁਹਾਨੂੰ ਪੈਸੇ ਦੇ ਦਊਗਾ ਜਾਂ ਦੂਜੀ ਆਪਸ਼ਨ ਹੈ ਮੈਂ ਜੇ ਦੂਜੀ ਆਪਸ਼ਨ ਚੁਣੀ ਬਈ ਉਹ ਚੋਰੀ ਹੋ ਗਈ ਉਹ ਮੇਰੀ ਜ਼ਿੰਮੇਵਾਰੀ ਆ ਤੁਹਾਡਾ ਕੋਈ ਕਸੂਰ ਨਹੀਂ ਆ ਤੁਹਾਨੂੰ ਮੈਂ ਪੈਸੇ ਦਊਗਾ ਤੇ ਜਿੱਦਾਂ ਮਰਜ਼ੀ ਦਵਾਂ ਮੈਂ ਜੋ ਘਰ ਚ ਮੇਰਾ ਸੇਲੇਬਲ ਸੀ ਵਾਈਫ ਦੀ ਜੁਅਲੀ ਮੇਰੇ ਕੋਲ ਇੱਕ ਮੋਟਰਸਾਈਕਲ ਸੀ ਹੀਰੋ ਹੋਂਡਾ ਉਹ ਵੇਚ ਦਿੱਤਾ ਕੈਮਰਾ ਸੀ ਮਨਸ਼ੋਕ ਸੀ ਫੋਟੋਗ੍ਰਾਫੀ ਦਾ ਉਹ ਵੇਚ ਦਿੱਤਾ ਸਭ ਕੁਝ ਮਤਲਬ ਵੇਚ ਦਿੱਤਾ ਜਿੱਥੋਂ ਕਿ ਤੋਂ ਲੋਨ ਮਿਲ ਸਕਦਾ ਸੀ ਕਰਜ਼ਾ ਵੀ ਸਿਰ ਤੇ ਲਿਆ ਲੇਕਿਨ ਜਿਹੜੀ ਉਸਲੇ ਪੇਮੈਂਟ ਦੀ ਸ਼ਰਤ ਹੁੰਦੀ ਸੀ 45 ਦਿਨ ਦੀ ਮੈਂ 40 42 ਦਿਨਾਂ ਚ ਸਾਰਿਆਂ ਦੀ ਪੇਮੈਂਟ ਕਰ ਦਿੱਤੀ ਉਹਦੇ ਨਾਲ ਮੈਨੂੰ ਐਡਵਾਂਟੇਜ ਇਹ ਹੋਈ ਵੀ ਪੂਰੇ ਸ਼ਹਿਰ ਚ ਇੱਕ ਰੈਪਿਊਟੇਸ਼ਨ ਬਣ ਗਈ ਵੀ ਸਾਡੀ ਜਿਹੜੇ ਇੱਥੇ ਪੈਸੇ ਸੇਫ ਆ ਨੀਅਤ ਇਹਨਾਂ ਦੀ ਸਾਫ਼ ਆ ਚੱਲੇ ਚੱਲੇ ਹੌਲੀ ਹੌਲੀ ਅੱਗੇ ਕੰਮ ਚੱਲਿਆ ਪੰਜ ਸੱਤ ਸਾਲ ਲੱਗੇ ਹੋਰ ਕਰਜ਼ੇ ਲੱਥੇ ਲੇਕਿਨ 2000 ਚ ਅਗਲਾ ਛਟਕਾ ਇੱਕ ਹੋਰ ਲੱਗਾ 22 ਲੱਖ ਰੁਪਏ ਦਾ ਉਹ ਜਦੋਂ ਕੇਤਨ ਪਾਰਖ ਦਾ ਸਕੈਮ ਹੋਇਆ ਮਾਰਕੀਟ ਇੱਕਦਮ ਕ੍ਰੈਸ਼ ਕੀਤੀ ਉਹ ਕ੍ਰੈਸ਼ ਹੋਣ ਨਾਲ ਮੇਰੇ ਕੁਝ ਕਲਾਇੰਟ ਨੂੰ ਲੌਸ ਹੋ ਗਿਆ ਔਰ ਮੈਨੂੰ ਉੱਥੇ ਬੰਬੇ ਪੇਮੈਂਟ ਭਰਨੀ ਪਈ ਲੇਕਿਨ ਮੇਰੇ 2 ਬਾਈ ਲੱਖ ਰੁਪਈਆ ਮਰ ਗਿਆ ਫਿਰ ਮੇਰੇ ਸਿਰ ਦੇ ਉੱਤੇ ਉਹਨਾਂ ਕਰਜ਼ਾ ਚੜ ਗਿਆ ਜਿੰਨੇ ਮੇਰੇ ਸਿਰ ਤੇ ਵਾਲ ਨਹੀਂ ਹੈਗੇ ਫਿਰ ਹੌਲੀ ਹੌਲੀ ਕਰਕੇ ਉਥੋਂ ਇੱਕ ਇਹ ਅਕਲ ਲਈ ਵੀ ਜੇ ਕਲਾਇੰਟ ਨੂੰ ਪ੍ਰੋਫਿਟ ਹੁੰਦਾ ਤਾਂ ਉਹ ਲੈ ਜਾਂਦਾ ਤੇ ਜਦੋਂ ਲੌਸ ਹੁੰਦਾ ਉਹ ਮੈਨੂੰ ਚਲਣਾ ਪੈਂਦਾ ਤੇ ਕਿਉਂ ਨਾ ਮੈਂ ਆਪਣਾ ਕੰਮ ਪਰਸਨਲ ਕਰਾਂ 92 ਤੋਂ ਲੈ ਕੇ 2000 ਸਾਲ ਤੱਕ ਮੈਂ ਸਿਰਫ ਕਮਿਸ਼ਨ ਦਾ ਕੰਮ ਕਰਦਾ ਰਿਹਾ ਆਪਣਾ ਪਰਸਨਲ ਟਰੇਡਿੰਗ ਨਹੀਂ ਕਰਦਾ ਸੀ ਲੇਕਿਨ 2000 ਚ ਮੈਂ ਡਿਸੀਜਨ ਲਏ ਹੋਇਆ ਆਪਣਾ ਕੰਮ ਵੀ ਕਰੂੰਗਾ ਜੇ ਲਾਸ ਵੀ ਹੋਊਗਾ ਮੇਰਾ ਪ੍ਰੋਫਿਟ ਵੀ ਮੇਰਾ ਉਹ ਕਰਦਿਆਂ ਕਰਦਿਆਂ ਹੌਲੀ ਹੌਲੀ ਸਿਸਟਮ ਸੈੱਟ ਬੈਠਿਆ ਕੰਮ ਸਿੱਖਿਆ ਹੋਰ ਰਿਸਰਚ ਕੀਤੀ ਤਿੰਨ ਚਾਰ ਸਾਲ ਲੱਗੇ ਸਾਰਾ ਕੁਝ ਜਿਹੜਾ ਸਮੂਥ ਹੋਣਾ ਸ਼ੁਰੂ ਹੋਇਆ ਕਰਜ਼ੇ ਵੀ ਲੱਤਣੇ ਸ਼ੁਰੂ ਹੋਏ ਤੇ ਮੈਂ ਇੱਕ ਇਨਸੀਡੈਂਸ ਤੁਹਾਨੂੰ ਜ਼ਰੂਰ ਯਾਦ ਕਰ ਤੁਹਾਨੂੰ ਸ਼ੇਅਰ ਕਰੂੰਗਾ ਆਪਣੀ ਲਾਈਫ ਦਾ ਜਿਹਦੇ ਨਾਲ ਦੇਖ ਕੇ ਤੁਹਾਨੂੰ ਪੰ ਬਹੁਤ ਸਾਰੇ ਲੋਕਾਂ ਨੇ ਟੀਚਰ ਮਾਰੀ ਹੋएगी ਲੇਕਿਨ ਉਸ ਚੀਜ਼ ਨੂੰ ਆਪਾਂ ਇੱਕ ਚੈਲੰਜ ਲੈ ਕੇ ਚੱਲੇ ਆ ਜਿੱਦਾਂ ਮੈਂ ਦੱਸਿਆ ਵੀ ਜਦੋਂ ਮੈਨੂੰ ਚੈਲੰਜ ਆਏ ਮੈਂ ਆਪਣਾ ਮੇਰਕੋ ਹੀਰੋ Honda ਮੋਟਰਸਾਈਕਲ ਸੀ ਉਹ ਮੈਂ ਵੇਚ ਦਿੱਤਾ ਜਦੋਂ 2 ਜਾਂ 3 4 ਜਰ ਮੇਰੇ ਥੋੜੀ ਜਿਹੀ ਬੀਸ਼ਨ ਠੀਕ ਹੋਈ ਤੇ ਮੈਂ ਹੀਰੋ ਪੁੱਕ ਇੱਕ ਮੋਪੜਾ ਨਦੀ ਹੁੰਦੀ ਸੀ ਮੈਂ ਉਹ ਲਈ ਜਿੱਦਾਂ ਇੱਕ ਫੈਮਿਲੀ ਚ ਬੈਠੇ ਸੋਸ਼ਲ ਗੈਦਰਿੰਗ ਤੇ ਇੱਕ ਬੰਦੇ ਨੇ ਸਾਡਾ ਫਰੈਂਡ ਸਰਕਲ ਜੀ ਸੀ ਉਹਨੇ ਵਿੱਚ ਸਾਰਿਆਂ ਚ ਬੈਠੇ ਮੈਨੂੰ ਇੱਕ ਟਾਂਚ ਕੀਤੀ ਵੀ ਹੀਰੋ Honda ਵੇਚ ਕੇ ਤੁਸੀਂ ਹੀਰੋ ਪੁੱਕ ਤਾਂ ਲੈ ਲਈਆ ਹੀਰੋ ਸਾਈਕਲ ਤੇ ਕਦੋਂ ਆਣਾ ਮੇਰੇ ਦਿਲ ਚੋਂ ਬੜੀ ਗੱਲ ਪਿੰਚ ਕੀਤੀ ਵੀ ਇਹ ਮੇਰੇ ਖੈਰ ਖਵਾ ਨੇ ਜਿਹੜੇ ਮੈਨੂੰ ਇਹ ਵਿਸ਼ ਕਰਦੇ ਨੇ ਵੀ ਮੋਪੇਡ ਤੋਂ ਹੁਣ ਸਾਈਕਲ ਤੇ ਕਦੋਂ ਆਣਾ ਮੈਂ ਉਸ ਲਈ ਤਾਂ ਹੱਸ ਕੇ ਛੱਡ ਦਿੱਤਾ ਲੇਕਿਨ ਉਹਨੂੰ ਮੈਂ ਚੈਲੰਜ ਲੈ ਕੇ ਚੱਲਿਆ ਮੈਂ ਜਿੰਨੇ ਵੀ ਅੱਜ ਤੱਕ ਗੱਡੀਆਂ ਲਈਆਂ ਪਹਿਲਾਂ ਸੀ ਜਾਂਨੇ ਧਾਰਮਿਕ ਸਥਾਨ ਤੇ ਕਿਸੇ ਗੁਰੂਆਂ ਦੇ ਉੱਤੇ ਮੱਥਾ ਟੇਕ ਕੇ ਫਿਰ ਗੱਡੀ ਨੂੰ ਘਰ ਲੈ ਕੇ ਆਉਂਦੇ ਆ ਮੈਂ 2008 ਦੇ ਵਿੱਚ ਮਰਸੀਡੀਜ਼ ਐਸਐਲਕੇ ਕਨਵਰਟਿਬਲ ਲਈ ਜਿਹੜੀ ਇੰਡੀਆ ਦੀ ਸਭ ਤੋਂ ਪਹਿਲੀ ਗੱਡੀ ਸੀ ਉਹ ਜਦੋਂ ਮੈਂ ਗੱਡੀ ਲਈ ਮੈਂ ਸ਼ੋਰੂਮ ਤੋਂ ਕਢਾ ਕੇ ਸਿੱਧਾ ਮੈਂ ਉਸ ਬੰਦੇ ਦੇ ਘਰ ਦੇ ਗੇਟ ਦੇ ਬਾਹਰ ਗਿਆ ਲੰਬਾ ਹੌਰਨ ਮਾਰਿਆ ਇਹ تیر ਲਈ ਲੈ ਕੇ ਆਂਦੀ ਹੈ ਇਹ ਜਿਹੜਾ ਚੈਲੰਜ ਜਿਹੜਾ ਮੈਂ ਲਿਆ ਉਸ ਦਿਨ ਮੇਰੇ ਮਨ ਨੂੰ ਸਕੂਨ ਮਿਲਿਆ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਕਈ ਸਾਰੇ ਚੈਲੰਜ ਆਏ ਆ ਔਰ ਹਰ ਇੱਕ ਚੈਲੰਜ ਮੈਂ ਇਹ ਸਮਝਦਾ ਪ੍ਰਮਾਤਮਾ ਤੁਹਾਨੂੰ ਉਨਾਂਕ ਹੀ ਚੈਲੰਜ ਦਿੰਦਾ ਜਿੰਨਾਕ ਤੁਸੀਂ ਉਹਨੂੰ ਸਹਿਣ ਕਰ ਸਕਦੇ ਆ ਜਿੰਨਾ ਉਹ ਤਾਂ ਚੈਲੰਜ ਕਰ ਸਕਦੇ ਆ ਜਦੋਂ ਆਪਾਂ ਕਲਾਸ 'ਚ ਪੜਦੇ ਸਕੂਲ 'ਚ ਪੜਦੇ 6ਵੀਂ 'ਚ ਪੜਦੇ ਆ ਪੇਪਰ ਦੇਣੇ ਆ ਪਾਸ ਹੁੰਨੇ ਆ ਤਾਂ 7ਵੀਂ 'ਚ ਜਾਣੇ ਆ ਤਾਂ 7ਵੀਂ 'ਚ ਪੇਪਰ ਹੋਰ ਔਖਾ ਹੁੰਦਾ ਪਰਮਾਤਮਾ ਨੇ ਤੁਹਾਨੂੰ ਉਨਾ ਕ ਹੀ ਚੈਲੰਜ ਦੇਣਾ ਜਿੰਨਾ ਕ ਤੁਸੀਂ ਇਹਨੂੰ ਟੈਕਲ ਕਰ ਸਕਦੇ ਆ ਉਹ ਤੁਹਾਡਾ ਐਗਜ਼ਾਮੀਨੇਸ਼ਨ ਆ ਜਦੋਂ ਉਹਨੂੰ ਪਾਸ ਸਰ ਹੋ ਗਏ ਤਾਂ ਤੁਹਾਡੀ ਲਾਈਫ ਚ ਅੱਗੇ ਤਰੱਕੀ ਹੋਏਗੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਪੰਜਾਬ ਚ ਸਭ ਤੋਂ ਪਹਿਲਾਂ ਅਸੀਂ ਵਨ ਆਫ ਦੀ ਪਾਇਓਨियर ਰਹੇ ਆ ਸਟਾਕ ਮਾਰਕੀਟ ਦੇ ਬ੍ਰੋਕਰ ਦੇ ਵਾਸਤੇ ਔਰ ਐਸਐਲ ਵੀ ਇੰਡੀਆ ਦੇ ਟੌਪ 10 ਬ੍ਰੋਕਰ ਚਾਣੇ ਕਰੰਸੀ ট্রেਡਿੰਗ ਦੇ ਵਿੱਚ ਔਰ ਸਾਡਾ ਡੇਲੀ ਟਰਨਓਵਰ ਤਕਰੀਬਨ 1500 ਤੋਂ 2000 ਕਰੋੜ ਦਾ ਪਰ ਡੇ ਜਿਹੜਾ ਸਾਡਾ ਟਰੇਡਿੰਗ ਹੁੰਦੀ ਹੈ ਔਰ ਸਾਲ ਦੇ ਵਿੱਚ ਤਕਰੀਬਨ 10 ਕਰੋੜ ਤੋਂ ਉੱਪਰ ਅਸੀਂ ਵੱਖ-ਵੱਖ ਰੂਪਾਂ 'ਚ ਸਰਕਾਰ ਨੂੰ ਟੈਕਸ ਵੀ ਦਿੰਨੇ ਆ। ਇਹ ਸਾਰਾ ਦਸਾਲਾ ਜਿਹੜੀ ਜਰਨੀ ਹੈ ਇਹ 3000 ਰੁਪਏ ਤੋਂ ਸ਼ੁਰੂ ਹੋ ਕੇ ਇੱਥੇ ਹੋਈ ਆ। ਤੇ ਮੇਰਾ ਇਹ ਮੰਨਣਾ ਆ ਵੀ ਇਹ ਜਿਹੜਾ ਲੋਕ ਕਈ ਕਹਿੰਦੇ ਨਾ ਜੀ ਪੈਸੇ ਕਮਣੇ ਬਿਜ਼ਨਸ ਕਰਨੇ ਪੈਸਾ ਚਾਹੀਦਾ। ਨੋ। ਪੈਸਾ ਕਮਣੀ ਤੁਹਾਨੂੰ ਜਨੂਨ ਚਾਹੀਦਾ। ਤੁਹਾਨੂੰ ਸਾਫ਼ ਨੀਅਤ ਚਾਹੀਦੀ ਏ। ਤੁਹਾਨੂੰ ਨੀਅਤ ਸਾਫ਼ ਹੋਣੀ ਚਾਹੀਦੀ। ਇਹ ਇਮਾਨਦਾਰੀ ਨਾਲ ਪੈਸਾ ਜਿਹੜਾ ਬਣਦਾ ਟਾਈਮ ਜ਼ਰੂਰ ਲੱਗੇਗਾ। ਲੇਕਿਨ ਉਹ ਲੌਂਗ ਲਾਸਟਿੰਗ ਹੋਏਗਾ। ਸ਼ਾਰਟਕਟ ਨਾਲ ਜਿਹੜਾ ਵੀ ਪੈਸਾ ਕਮਾਇਆ ਉਹ ਕਦੀ ਵੀ ਫਲਦਾ ਹਮੇਸ਼ਾ ਹੀ ਕੋਸ਼ਿਸ਼ ਕਰੋ ਜਿਹੜਾ ਕੰਮ ਕਰਨਾ ਸੱਚਾਈ ਤੇ ਇਮਾਨਦਾਰੀ ਨਾਲ ਕਰਨਾ ਕੱਲ ਨੂੰ ਕੋਈ ਇੰਡੀਆ ਤੁਹਾਨੂੰ ਕੋਈ ਉਂਗਲ ਨਾ ਕਰ ਸਕੇ ਵੀ ਇਸ ਬੰਦੇ ਨੇ ਮੈਨਾਂ 1 ਰੁਪਏ ਦੀ ਵੀ ਬੇਇਮਾਨੀ ਆ ਧੋਖਾ ਕੀਤਾ ਮੈਂ ਇਹ ਇਹੀ ਸਮਝਦਾ ਵੀ ਇਹ ਸਟੋਰੀ ਨਾਲ ਤੁਸੀਂ ਸਾਰੇ ਆਪਣਾ ਇਸ ਚੈਲੰਜ ਨੂੰ ਲੈ ਕੇ ਚੱਲੋ ਵੀ ਪ੍ਰਮਾਤਮਾ ਨੇ ਜਿਹੜਾ ਵੀ ਤੁਹਾਨੂੰ ਚੈਲੰਜ ਦਿੱਤਾ ਆ ਉਹ ਸਿਰਫ ਕਈ ਵੇਲੇ ਲੱਗਦਾ ਮੈਨੂੰ ਇਹ ਪ੍ਰਮਾਤਮਾ ਮੈਨੂੰ ਕਿਉਂ ਦੇ ਰਿਹਾ ਉਹ ਤੁਹਾਨੂੰ ਉਨਾਂ ਕ ਚੈਲੰਜ ਦੇ ਰਿਹਾ ਜਿੰਨਾ ਕ ਤੁਸੀਂ ਉਹਨੂੰ ਹੱਲ ਕਰ ਸਕਦੇ ਆ ਲੋੜ ਆ ਉਹ ਤੋਂ ਲੈਸਨ ਲੈਣ ਦੀ ਜਿਸ ਤਰ੍ਹਾਂ ਮੈਂ ਲੈਸਨ ਲਿਆ ਮੇਰੇ ਕਲਾਇੰਟ ਪੈਸਾ ਮਾਰ ਕੇ ਚਲੇ ਗਏ ਮੈਂ ਡਿਸੀਜਨ ਲਿਆ ਵੀ ਮੈਂ ਪੈਸੇ ਦੇਣੇ ਆ ਜੇ ਦੇਣੇ ਆ ਕਰਜ਼ਾ ਵੀ ਲਿਆ ਜੇ ਮੈਂ ਇਹ ਕਰ ਲੰਦਾ ਜੀ ਮੇਰੇ ਚੋਰੀ ਹੋ ਗਏ ਜੀ ਮੈਂ ਕੀ ਕਰਾਂ ਤਾਂ ਉਹ ਸਰਸਤਾ ਉੱਥੇ ਬੰਦ ਹੋ ਗਿਆ ਜਦੋਂ ਮੈਂ ਨੀਅਤ ਰੱਖੀ ਵੀ ਨਹੀਂ ਮੈਂ ਪੈਸੇ ਦੇਣੇ ਆ ਤਾਂ ਪਰਮਾਤਮਾ ਨੇ ਆਪਣੇ ਆਪ ਸੋਚ ਦੇਣੀ ਆ ਤੂੰ ਪੈਸੇ ਕਮਾਣੇ ਕਿੱਦਾਂ ਜਦੋਂ ਪੈਸੇ ਕਮਾਏ ਪੈਸੇ ਦੇਣ ਵਾਲੇ ਦਿੱਤੇ ਗਏ ਲੇਕਿਨ ਕੈਸ਼ ਫਲੋ ਚੱਲ ਰਿਹਾ ਉਹ ਜਦੋਂ ਕੈਸ਼ ਰੋਲ ਚੱਲ ਰਿਹਾ ਹੌਲੀ ਹੌਲੀ ਤੁਹਾਡੀ ਪ੍ਰੋਗਰੈਸ ਉਹਨੇ ਦੇਣੀ ਤੁਹਾਡੇ ਐਕਸ਼ਨਸ ਨੇ ਦੇਣੀ ਆ ਮੈਂ ਬਹੁਤਾ ਟਾਈਮ ਨਹੀਂ ਲਵਾਂਗਾ ਮੈਂ ਲੇਕਿਨ ਇਹ ਸਾਡੇ ਜੋਸ਼ ਚੈਨਲ ਨੂੰ ਵੀ ਬਹੁਤ ਸਾਰੀ ਵਧਾਈ ਦਿਨਾ ਕਿਉਂਕਿ ਟਾਈਮ ਟੂ ਟਾਈਮ ਇਸ ਤਰ੍ਹਾਂ ਦੇ ਮੋਟੀਵੇਟਿੰਗ ਟਾਕ ਜਿਹੜੇ ਆ ਉਹ ਸ਼ੇਅਰ ਕਰਦੇ ਆ ਉਸ ਤੋਂ ਬਹੁਤ ਸਾਰੇ ਲੋਕਾਂ ਨੂੰ ਇੱਕ ਪ੍ਰੇਰਣਾ ਮਿਲਦੀ ਆ ਸਿੱਖਣ ਦੇ ਵੀ ਜਿਹੜੇ ਅੱਗੋਂ ਅਲੱਗ-ਅਲੱਗ ਟਿਪਸ ਮਿਲਦੀਆਂ ਤੇ ਮੈਂ ਇਹੀ ਉਮੀਦ ਕਰੂੰਗਾ ਮੇਰੀ ਜੇ ਇਸ ਵੀਡੀਓ ਨਾਲ ਇੱਕ ਲਾਈਕ ਵੀ ਜੇ ਚੇਂਜ ਹੋ ਗਈ ਤਾਂ ਮੇਰੀ ਜਿਹੜੀ ਟਾਕ ਹੈ ਉਹ ਸাকਸੈਸਫੁਲ ਹੈ। ਥੈਂਕ ਯੂ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।